ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਦੇਸ਼ ਦੇ ਕਿਸਾਨ ਨੇ ਦਿੱਲੀ ਚੱਲਣ ਦਾ ਫੈਸਲਾ ਕੀਤਾ। 13 ਫਰਵਰੀ ਨੂੰ ਦਿੱਲੀ ਚਲੋ, ਜਿਸ ਨੂੰ ਕਿਸਾਨੀ ਅੰਦੋਲਨ ਪਾਰਟ 2 ਆਖਿਆ ਜਾ ਰਿਹਾ, ਅਤੇ ਜਿਹਦੇ ਚੱਲਦਿਆਂ ਪੰਜਾਬ ਤੋਂ ਕੋਈ ਕਿਸਾਨ ਦਿੱਲੀ ਨਾ ਪਹੁੰਚੇ ਅਤੇ ਹਰਿਆਣਾ ਸਰਕਾਰ ਨੇ ਬਾਰਡਰ ਸੀਲ ਕਰਨੇ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਸੈਂਟਰ ਦੇ ਵਿੱਚ ਵੀ ਬੀਜੇਪੀ ਸਰਕਾਰ ਆ ਅਤੇ ਹਰਿਆਣੇ ਦੇ ਵਿੱਚ ਵੀ ਬੀਜੇਪੀ ਸਰਕਾਰ, ਅਤੇ ਬੀਜੇਪੀ ਨਹੀਂ ਚਾਹੁੰਦੀ ਕਿ ਇਸ ਵਾਰ ਫਿਰ ਦੇਸ਼ ਦਾ ਕਿਸਾਨ ਦਿੱਲੀ 'ਚ ਮੋਰਚਾ ਲਾਵੇ, ਕਿਉਂਕਿ ਸਿਰ 'ਤੇ ਲੋਕ ਸਭਾ ਚੋਣਾਂ ਨੇ। ਹੁਣ ਦਿੱਲੀ ਸਰਕਾਰ ਮਤਲਬ ਸੈਂਟਰ ਸਰਕਾਰ ਦੇ ਹੁਕਮਾਂ ਦੇ ਚੱਲਦਿਆਂ ਹਰਿਆਣੇ ਦੀ ਮਨੋਹਰ ਲਾਲ ਖੱਟੜ ਸਰਕਾਰ ਨੇ 200 ਦੇ ਕਰੀਬ ਪੈਰਾਮਿਲਟਰੀ ਫੋਰਸ ਦੀਆਂ ਕੰਪਨੀਆਂ ਮੰਗ ਲਈਆਂ ਨੇ, ਤਾਂ ਜੋ ਪੰਜਾਬ ਦੀ ਸਰਹੱਦ ਨਾਲ ਜਿੰਨੇ ਵੀ ਰਾਸਤੇ ਲਾਂਘੇ ਨੇ ਉੱਥੇ ਪੈਰਾਮਿਲਟਰੀ ਫੋਰਸ ਤੈਨਾਤ ਕੀਤੀ ਜਾਵੇ। ਇੱਥੋਂ ਤੱਕ ਕਿ ਸੋਨੀਪਤ, ਅੰਬਾਲਾ ਜਾਂ ਹੋਰ ਜਿਹੜੇ ਪੰਜਾਬ ਦੇ ਗੁਆਂਢੀ ਜ਼ਿਲ੍ਹੇ ਨੇ ਹਰਿਆਣੇ ਦੇ, ਉਹਨਾਂ 'ਤੇ ਧਾਰਾ 144 ਵੀ ਲਗਾ ਦਿੱਤੀ ਗਈ ਆ, ਔਰ ਇੱਥੋਂ ਤੱਕ ਕਿ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਸਾਨਾਂ ਕੋਲੋਂ ਡਿਟੇਲ ਮੰਗਣੀ ਸ਼ੁਰੂ ਕਰ ਦਿੱਤੀ ਨੇ ਕਿ ਤੁਹਾਡੀ ਕਿੰਨੀ ਪ੍ਰੋਪਰਟੀ ਹੈ, ਕਿੰਨੀ ਜ਼ਮੀਨ ਜਾਇਦਾਦ ਆ, ਕਿਉਂਕਿ ਹਰਿਆਣਾ ਨੇ ਬਿੱਲ ਪਾਸ ਕਰ ਦਿੱਤਾ ਕਿ ਬਿਨਾਂ ਮਨਜ਼ੂਰੀ ਤੋਂ ਕੋਈ ਪ੍ਰੋਟੈਸਟ ਨਹੀਂ ਕਰੇਗਾ। ਜੇ ਸਰਕਾਰੀ ਸਮਾਨ ਦੀ ਜਾਂ ਸਰਕਾਰੀ ਅਮਾਨਤ ਦੀ ਕੋਈ ਟੁੱਟ ਭੱਜ ਹੋਏਗੀ ਤਾਂ ਫਿਰ ਉਹ ਪ੍ਰੋਟੈਸਟ ਕਰਨ ਵਾਲਿਆਂ ਦੇ ਖਾਤਿਆਂ 'ਚੋਂ ਭਰੀ ਜਾਏਗੀ। ਪਰ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਹਰਿਆਣਾ ਸਰਕਾਰ ਨੇ 200 ਦੇ ਕਰੀਬ ਪੈਰਾ ਫੋਰਸ ਦੀਆਂ, ਜਿਹਨੂੰ ਕਹਿ ਸਕਦੇ ਕਿ CRP, BSF, CISF, ITBP, SSB ਸਮੇਤ ਜਿਹੜਾ ਪੈਰਾਮਿਲਟਰੀ ਫੋਰਸ ਭਾਰਤ ਸਰਕਾਰ ਦੀਆਂ 200 ਦੇ ਕਰੀਬ ਕੰਪਨੀਆਂ ਮੰਗ ਲਈਆਂ ਨੇ, ਤਾਂ ਜੋ ਦਿੱਲੀ ਫਿਰ ਨਾ ਦੇਸ਼ ਦਾ ਕਿਸਾਨ ਪਹੁੰਚੇ ਅਤੇ ਸਭ ਤੋਂ ਵੱਡੀ ਜਿਹੜੀ ਹਾਜ਼ਰੀ ਆ ਉਹ ਪੰਜਾਬ ਤੋਂ ਹੁੰਦੀ ਆ। 13 ਫਰਵਰੀ ਨੂੰ ਜਿਹੜੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਜਾਵੇਗਾ ਔਰ ਮੁੜ ਜਿਹੜੀ ਦਿੱਲੀ ਦੇ ਵਿੱਚ ਕਿਸਾਨਾਂ ਦੀ ਗੂੰਜੇਗੀ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਹੁਣ ਸੈਂਕੜੇ ਜਿਹੜੇ ਜਥੇਬੰਦੀਆਂ ਨੇ ਉਹ ਇੱਕ ਮੰਚ 'ਤੇ ਹੋਈਆਂ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਿਸਾਨਾਂ ਦੀ ਜਿਹੜੀ ਅੰਦੋਲਨ ਦੀ ਜਿਹੜੀ ਸ਼ੁਰੂਆਤ 13 ਫਰਵਰੀ ਹੋਣੀ, ਉਹਦੀਆਂ ਸੰਭਾਵਨਾਵਾਂ ਬਹੁਤ ਵੱਧਦੀਆਂ ਜਾ ਰਹੀਆਂ ਨੇ। ਵੱਖ ਵੱਖ ਸੂਬਿਆਂ ਦੀਆਂ ਕਰੀਬ 18 ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਪੈਂਡਿੰਗ ਮੰਗਾਂ ਮਨਵਾਉਣ ਲਈ ਦਿੱਲੀ ਅੰਦੋਲਨ 2 ਦੇ ਤਹਿਤ ਦੇਸ਼ ਪੱਧਰੀ ਅੰਦੋਲਨ ਦਾ ਜਿਹੜਾ ਐਲਾਨ ਕੀਤਾ। ਉਸਦੇ ਚੱਲਦਿਆਂ ਭਾਰਤ ਸਰਕਾਰ ਨੇ ਔਰ ਹਰਿਆਣਾ ਸਰਕਾਰ ਨੇ ਜਿਹੜੀਆਂ ਨੇ ਉਹ ਸਰਗਰਮੀਆਂ ਵਧਾ ਦਿੱਤੀਆਂ ਕਿ ਤਾਂ ਜੋ ਕੋਈ ਪੰਜਾਬ ਤੋਂ ਕੋਈ ਕਿਸਾਨ ਦਿੱਲੀ ਐਂਟਰ ਹੀ ਨਾ ਕਰ ਸਕੇ। ਔਰ ਇੱਥੋਂ ਤੱਕ ਸਵਾਲ ਇਹ ਆ ਗਿਆ ਕਿ ਵੱਡੀ ਗਿਣਤੀ ਜਿਹੜੀਆਂ ਮੰਗਾਂ ਨੇ ਇਸ ਮਸਲੇ ਦੇ ਵਿੱਚ, ਨਵੇਂ ਗਠਿਤ ਫੋਰਮ ਦੇ ਆਗੂ ਸਰਵਨ ਸਿੰਘ ਭੰਧੀਰ ਨੇ ਦਾਅਵਾ ਵੀ ਕਰ ਚੁੱਕੇ ਨੇ ਬੀਤੇ ਦਿਨੀ ਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇੱਕਜੁੱਟ ਕਰ ਲਈ, ਉਹ ਭਾਰਤ ਦੀਆਂ 18 ਹੋਰ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਫੋਰਮ ਵਿੱਚ ਦੇਸ਼ ਦੀਆਂ ਦਰਜਨਾਂ ਸੰਘਰਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਇੱਕ ਵੱਡਾ ਫੋਰਮ ਕਿਸਾਨ ਮਜ਼ਦੂਰ ਮੋਰਚਾ ਦਾ ਗਠਨ ਹੋ ਚੁੱਕਾ। 3 ਖੇਤੀਬਾੜੀ ਬਿੱਲਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਲੱਗੇ ਮੋਰਚੇ ਦੀ ਤਰਜ਼ 'ਤੇ ਹੁਣ ਦਿੱਲੀ ਅੰਦੋਲਨ ਦੇ 2 ਨੂੰ ਕੌਮੀ ਪੱਧਰ 'ਤੇ ਕਾਮਯਾਬ ਬਣਾਉਣ ਲਈ ਵੱਖ ਵੱਖ ਰਾਜਾਂ ਦੇ ਆਗੂਆਂ ਦੇ ਲਈ ਤਹਿਤ ਇੱਕ ਤਾਲਮੇਲ ਕਮੇਟੀ ਵੀ ਬਣਾਈ ਗਈ। ਇਸ ਕਮੇਟੀ ਵਿੱਚ ਕੇਰਲਾ ਤੋਂ 2, ਤਾਮਿਲਨਾਡੂ ਤੋਂ 5, ਰਾਜਸਥਾਨ ਤੋਂ 1, ਬਿਹਾਰ ਤੋਂ 1, ਉੱਤਰ ਪ੍ਰਦੇਸ਼ ਤੋਂ 1, ਮੱਧ ਪ੍ਰਦੇਸ਼ ਤੋਂ 1, ਪੁਡੂਚੇਰੀ ਤੋਂ 1, ਹਰਿਆਣਾ ਤੋਂ 1 ਅਤੇ ਪੰਜਾਬ ਤੋਂ 1 ਮੈਂਬਰ ਨਾਮਜ਼ਦ ਕੀਤਾ ਗਿਆ। ਇਸ ਤੋਂ ਬਿਨਾਂ ਪ੍ਰੈਸ ਕਮੇਟੀ, ਫੰਡ ਕਮੇਟੀ ਅਤੇ IT ਸੈੱਲ ਵੀ ਬਣਾਏ ਗਏ ਨੇ। ਕਿਸਾਨ ਆਗੂ ਇਹ ਵੀ ਕਹਿ ਚੁੱਕੇ ਸੀ ਕਿ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰਾਂ ਦੀ ਸਾਂਝ ਨੂੰ ਮਜ਼ਬੂਤ ਕਰਨ ਇੱਕ ਵੱਡਾ ਜ਼ਰੀਆ ਬਣੇਗਾ ਅਤੇ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਤਿਆਰ ਕਰਕੇ ਦੇਸ਼ ਪੱਧਰੀ ਸੰਘਰਸ਼ 13 ਫਰਵਰੀ ਨੂੰ ਦਿੱਲੀ ਰਵਾਨਾ ਹੋਣਗੇ। ਇੱਥੋਂ ਤੱਕ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਫਸਲਾਂ ਦੀ ਖਰੀਦ ਲਈ
MSP ਦੀ ਗਰੰਟੀ, ਕਾਨੂੰਨ ਗਰੰਟੀ, ਡਾਕਟਰ ਸਵਾਮੀਨਾਥ ਕਮਿਸ਼ਨ ਦੀਆਂ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ, ਗੰਨੇ ਦੇ ਭਾਅ ਤੈਅ ਕਰਵਾਉਣਾ, ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਸੰਪੂਰਨ ਕਰਜ਼ਾ ਮੁਕਤੀ, ਕਿਸਾਨ ਅਤੇ ਖੇਤ ਮਜ਼ਦੂਰ ਲਈ ਪੈਨਸ਼ਨ, ਲਖੀਮਪੁਰੀ ਖੀਰੀ ਕਤਲਕਾਂਡ ਦਾ ਇਨਸਾਫ ਲੈਣਾ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ, ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣਾ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਕੱਢਣਾ, ਫਸਲ ਬੀਮਾ ਯੋਜਨਾ ਲਾਗੂ ਕਰਵਾਉਣਾ, ਭੂਮੀ ਗ੍ਰਹਿਣ ਕਾਨੂੰਨ ਨੂੰ 2013 ਵਾਲੇ ਸਰੂਪ ਵਿੱਚ ਲਾਗੂ ਕਰਵਾਉਣਾ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜ਼ਗਾਰ ਅਤੇ ਮਿਹਨਤਾਨਾ 700 ਰੁਪਏ ਕਰਨਾ, ਬੀਜਾਂ ਦੀ ਕੁਆਲਿਟੀ ਅਤੇ ਹੋਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਜ਼ਾਵਾਂ ਅਤੇ ਜੁਰਮਾਨੇ, ਆਦਿਵਾਸੀਆਂ ਦੇ ਅਧਿਕਾਰਾਂ 'ਤੇ ਹਮਲੇ ਬੰਦ ਕਰਕੇ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਅੰਦੋਲਨ 2 ਦਾ ਆਗਾਜ਼ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਫੌਰਨ ਨੇ ਫੈਸਲਾ ਕੀਤਾ ਕਿ ਕਿਸੇ ਵੀ ਵੋਟ ਦੀ ਸਿਆਸਤ ਵਾਲੇ ਰਾਜਨੀਤਿਕ ਆਗੂ ਨੂੰ ਵੀ ਸਟੇਜ 'ਤੇ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਲੇਕਿਨ ਇਸ ਦੇ ਤਹਿਤ ਹੁਣ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ 200 ਦੇ ਕਰੀਬ ਜਿਹੜੀਆਂ ਪੈਰਾਮਿਲਟਰੀ ਫੋਰਸ ਦੀਆਂ ਕੰਪਨੀਆਂ ਬੁਲਾਉਣ ਦਾ ਫੈਸਲਾ ਕਰ ਦਿੱਤਾ ਗਿਆ, ਜਿਸ ਹਿਸਾਬ ਨਾਲ ਕਿਸਾਨ ਪੁੱਜ ਰਿਹਾ ਹੈਗਾ। ਜੀਂਦ ਦੇ ਵਿੱਚ ਇੱਕ ਮੀਟਿੰਗ ਹੋਈ ਆ, ਉਹਦੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੇ ਉੱਚ ਅਧਿਕਾਰੀ ਪਹੁੰਚੇ ਨੇ, ਇੱਥੋਂ ਤੱਕ ਕਿ ਹਰਿਆਣਾ ਪੁਲਿਸ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਹਿਸਾਰ ਰੇਂਜ ਮੱਤਾ ਦੇ ਵੀ ਮੱਤਾ ਰਾਵੀ ਕਿਰਨ ਵੀ ਪਹੁੰਚੇ। ਉਹਨਾਂ ਨੇ ਪੂਰਾ ਮੁਆਇਨਾ ਕੀਤਾ ਕਿ ਜਿੰਨੇ ਵੀ ਪੰਜਾਬ ਤੋਂ ਲੰਘਣ ਵਾਲੇ ਜਿਹੜੇ ਲਾਂਘੇ ਨੇ ਉੱਥੇ ਵੱਡੀ ਗਿਣਤੀ ਵਿੱਚ ਫੋਰਸ ਕੀਤੀ ਜਾਵੇ। ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਕਿਉਂਕਿ ਹਰਿਆਣਾ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਡਰ ਹੈ ਕਿ ਜਿਵੇਂ 15 ਮਹੀਨੇ 2020-2021 'ਚ ਅੰਦੋਲਨ ਚੱਲਿਆ, ਕਿਵੇਂ ਉੱਦਾਂ ਦਾ ਨਾ ਬਣ ਸਕੇ, ਕਿਉਂਕਿ ਲੋਕ ਸਭਾ ਚੋਣਾਂ ਵੀ ਜਿਹਦੇ ਚੱਲਦਿਆਂ ਸਾਰੀਆਂ ਸਰਕਾਰਾਂ ਨਜ਼ਰ ਬਣਾਈ ਬੈਠੀਆਂ ਨੇ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪਹਿਲਾਂ ਜਦੋਂ ਅੰਦੋਲਨ ਹੋਇਆ ਸੀ 15 ਮਹੀਨੇ, ਤਾਂ ਹਰਿਆਣਾ ਪੁਲਿਸ ਨੇ, ਹਰਿਆਣਾ ਸਰਕਾਰ ਨੇ 3-3 ਮਹੀਨੇ ਲਾ ਕੇ ਬੈਰੀਗੇਡਸ ਰਾਹ ਰੋਕੇ ਸੀ, ਲੇਕਿਨ ਕਿਸਾਨਾਂ ਨੇ ਉਹ 13 ਮਿੰਟਾਂ ਦੇ ਵਿੱਚ ਹੀ ਰਾਹ ਉਖਾੜ ਕੇ ਦਿੱਲੀ ਪਹੁੰਚ ਗਏ ਸੀ। ਜਦੋਂ ਚੱਲਦਿਆਂ ਬੀਜੇਪੀ ਸਰਕਾਰ ਪਹਿਲਾਂ ਵੀ ਡਰ ਗਈ ਸੀ ਅਤੇ ਹੁਣ ਵੀ ਡਰ ਗਈ ਆ, ਜਿਹਦੇ ਚੱਲਦੇ ਮੰਨਿਆ ਜਾ ਰਿਹਾ ਕਿ ਜਿਹੜਾ ਹਰਿਆਣਾ ਅਤੇ ਪੰਜਾਬ ਦੇ ਸਾਂਝੇ ਰਾਸਤੇ ਜਿਹੜਾ ਦੱਤਾ ਸਿੰਘ ਵਾਲਾ ਖਨੌਰੀ ਬਾਰਡਰ, ਉੱਥੇ ਹਰਿਆਣਾ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚਣੇ ਸ਼ੁਰੂ ਹੋਏ ਨੇ, ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਅੰਬਾਲਾ ਜਿਹੜਾ ਰਾਸਤਾ, ਜਿੰਨੇ ਵੀ ਪੰਜਾਬ ਤੋਂ ਅਤੇ ਹਰਿਆਣੇ ਦੇ ਜ਼ਰੀਏ ਦਿੱਲੀ ਜਾਣ ਵਾਲੇ ਲਾਂਘੇ ਨੇ, ਉੱਥੇ ਫੋਰਸ ਵੱਡੀ ਗਿਣਤੀ ਵਿੱਚ ਚਲਾਉਣੀ ਸ਼ੁਰੂ ਕਰ ਦਿੱਤੀ ਨੇ। ਜਿਹੜੇ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਸਾਰੇ, ਉਹਨਾਂ ਨੇ ਉੱਥੇ ਜੂਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਹੈਗੀ, ਇੱਥੋਂ ਤੱਕ ਕਿ ਜਿਹੜੇ ਜੀਂਦ ਦੇ SP ਸੁਮਿਤ ਕੁਮਾਰ, ਹੋਰ ਸੁਮਿਤ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਸੀ। ਔਰ ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਹਰ ਤਰ੍ਹਾਂ ਦੇ ਵਸੀਲੇ ਅਪਣਾ ਰਹੀ ਹੈ ਕਿ ਕਿਸਾਨ ਦਿੱਲੀ ਨਾ ਪਹੁੰਚ ਸਕੇ, ਇੱਥੋਂ ਤੱਕ ਕਿ ਇਸ ਮਸਲੇ ਦੇ ਵਿੱਚ ਕਈ ਜਿਹੜੇ ਹਰਿਆਣਾ ਦੇ ਫਾਰਮਰ ਜਥੇਬੰਦੀਆਂ ਉਹ ਵੀ ਤਿਆਰੀ ਕਰਕੇ ਬੈਠੀਆਂ ਨੇ ਕਿ ਹਰ ਹੀਲੇ ਦਿੱਲੀ ਪਹੁੰਚਿਆ ਜਾਊਗਾ। ਉੱਧਰ ਅੰਬਾਲਾ ਤੋਂ ਖਬਰ ਵੀ ਅੱਜ ਪ੍ਰਕਾਸ਼ਿਤ ਹੋਈ ਆ ਕਿ ਜਿਹੜੇ ਅੰਬਾਲਾ ਦੇ SP ਨੇ ਜਸ਼ਨਦੀਪ ਸਿੰਘ ਹੋਣਾ, ਉਹਨਾਂ ਦੇ ਇੱਕ ਚਿੱਠੀ ਵੀ ਵਾਇਰਲ ਹੋ ਰਹੀ ਹੈ ਜਿਹਦੇ 'ਚ ਉਹਨਾਂ ਨੇ ਕਈ ਕਿਸਾਨਾਂ ਨੂੰ ਚਿੱਠੀ ਕੱਢੀ ਹੈਗੀ ਹੈ ਕਿ ਆਪਣੀ ਜਿਹੜੀ ਪ੍ਰੋਪਰਟੀ ਅਤੇ ਜਿਹੜੀ ਬੈਂਕ ਅਕਾਊਂਟਸ ਆ ਉਹ ਸੰਬੰਧਿਤ ਪੁਲਿਸ ਏਰੀਆ ਦੇ ਵਿੱਚ ਸਾਂਝੀ ਕੀਤੀ ਜਾਵੇ। ਇਹ ਦੱਸਿਆ ਜਾ ਰਿਹਾ ਕਿ ਜਿਹੜਾ ਨੋਟਿਸ ਆ ਇਹ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਘਰਾਂ ਦੇ ਸਾਹਮਣੇ ਲਗਾ ਦਿੱਤੇ ਗਏ ਨੇ। ਉਸ ਚਿੱਠੀ ਦੇ ਉੱਪਰ ਜਸ਼ਨਦੀਪ ਸਿੰਘ ਰੰਧਾਵਾ ਹੋਣਾ ਦੇ ਦਸਖਤ ਨੇ। ਔਰ ਇਹ ਵੀ ਮੰਨਿਆ ਜਾ ਰਿਹਾ ਹੈਗਾ ਕਿ ਇਸ ਨੂੰ ਲੈ ਕੇ ਜੇ ਕਿ ਕਿਸਾਨ ਨਾ ਪਹੁੰਚਣ, ਔਰ ਇਹ ਵੀ ਪੁਲਿਸ ਦਾਅਵਾ ਕਰ ਰਹੀ ਹੈ ਕਿ ਇਸ ਮਸਲੇ 'ਚ ਅਗਰ ਕੋਈ ਸਰਕਾਰੀ ਪ੍ਰੋਪਰਟੀ ਨੂੰ ਡੈਮੇਜ ਕਰਦਾ ਫਿਰ ਭਰਪਾਈ ਕੀਤੀ ਜਾਵੇ, ਤਾਂ ਡਿਟੇਲ ਮੰਗੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਕਿ
ਇਸ ਮਸਲੇ ਦੇ ਵਿੱਚ ਸਰਕਾਰ ਕੋਲ ਪਰਮਿਸ਼ਨ ਲੈਣੀ ਪਏਗੀ। ਜੇ ਕਿਸੇ ਨੇ ਜਥੇਬੰਦੀ ਨੇ ਧਰਨਾ ਦੇਣਾ ਵਾ ਤਾਂ ਪਹਿਲਾਂ ਪਰਮਿਸ਼ਨ ਲੈਣੀ ਪਊਗੀ। ਸੰਬੰਧਿਤ ਜ਼ਿਲ੍ਹੇ ਕੋਲ ਅਗਰ ਕੋਈ ਨਹੀਂ ਲੈਂਦੇ ਤਾਂ ਉਹਨਾਂ ਦੇ ਖਿਲਾਫ਼ ਐਜ਼ ਪਰ ਲੋ ਕਾਰਵਾਈ ਹੋਏਗੀ। ਔਰ ਉੱਧਰ ਜਿਹੜੀਆਂ ਕਿਸਾਨ ਜਥੇਬੰਦੀਆਂ ਹਰਿਆਲੇ ਦੀਆਂ ਕਹਿ ਰਹੀਆਂ ਨੇ ਕਿ ਉਹਨਾਂ ਨੂੰ ਨੋਟਿਸ ਜਿਹੜੇ ਨੇ ਉਹ ਮਿਲ ਚੁੱਕੇ ਨੇ। 20 ਤੋਂ ਜ਼ਿਆਦਾ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੂੰ ਨੋਟਿਸ ਮਿਲ ਚੁੱਕੇ ਨੇ। ਹਰਿਆਣਾ ਸਰਕਾਰ ਇਸ ਕਰਕੇ ਉਹਨਾਂ 'ਤੇ ਪ੍ਰੈਸ਼ਰ ਪਾ ਰਹੀ ਹੈ, ਲੇਕਿਨ ਉਹ ਰੁਕਣ ਵਾਲੇ ਨੇ। ਉਹ ਹਰ ਹੀਲੇ 13 ਤਰੀਕ ਨੂੰ ਜਾਣਗੇ, ਇੱਥੋਂ ਤੱਕ ਕਿ ਅੰਬਾਲਾ ਦੇ ਵਿੱਚ 144 ਧਾਰਾ ਉਹ ਵੀ ਲਾਗੂ ਕਰ ਦਿੱਤੀ ਗਈ ਆ ਇਸ ਮਸਲੇ ਦੇ ਵਿੱਚ, ਕਿਸਾਨਾਂ ਨੂੰ ਡਰਾਉਣ ਵਾਸਤੇ ਅਤੇ ਪ੍ਰਭਾਵ ਪਾਉਣ ਵਾਸਤੇ। ਔਰ ਇੱਥੋਂ ਤੱਕ ਕਿ ਸੋਨੀਪਤ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੰਦੋਲਨ 2 ਦੀ ਜਿਹੜੀ ਦੇ ਮੱਦੇਨਜ਼ਰ ਅੰਬਾਲਾ ਪੁਲਿਸ ਨੇ ਮੌਕ ਡਰਿਲ ਵੀ ਕੀਤੀ ਔਰ ਸੋਨੀਪਤ ਦੇ ਵਿੱਚ ਵੀ ਧਾਰਾ 144 ਲਾ ਦਿੱਤੀ ਗਈ ਆ। ਇੱਥੋਂ ਤੱਕ ਕਿ ਪੁਲਿਸ ਨੇ ਟਰੈਕਟਰ ਮਾਰਚ ਨੂੰ ਲੈ ਕੇ ਵੀ ਆਪਣਾ ਬਣਾ ਲਈ ਰਣਨੀਤੀ ਤੈਅ ਕਰ ਲਈ ਹੈਗੀ ਆ, ਔਰ ਨਾਲ ਦੀ ਨਾਲ ਦੰਗੇ ਰੁਕਣ ਤੱਕ ਦੀ ਵੀ ਟ੍ਰੇਨਿੰਗ ਦਿੱਤੀ ਗਈ ਆ। ਔਰ ਇੱਥੋਂ ਤੱਕ ਕਿ ਪੁਲਿਸ ਨੇ 428 ਤੋਂ ਜ਼ਿਆਦਾ ਜਿਹੜੇ ਜਵਾਨ ਹੈ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਟ੍ਰੇਨਿੰਗ ਕਰਵਾਈ ਗਈ ਆ। ਔਰ ਹਾਲਾਂਕਿ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਹਰਿਆਣੇ ਦੇ ਜਿਹੜੇ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਉਹਨਾਂ ਦਾ ਕਿੰਨਾ ਇਸ ਵਾਰ ਇਸ ਅੰਦੋਲਨ ਦੇ ਵਿੱਚ ਅਸਰ ਰਹਿੰਦਾ ਹੈਗਾ ਉਹ ਸਭ ਤੋਂ ਵੱਡੀ ਗੱਲ ਹੈ। ਲੇਕਿਨ ਹਰਿਆਣਾ ਸਰਕਾਰ ਨੇ ਬਹੁਤ ਸਾਰੇ ਪ੍ਰਬੰਧ ਕਰ ਲਏ ਨੇ ਕਿ ਪੰਜਾਬ ਤੋਂ ਜਾਣ ਵਾਲੇ ਅਤੇ ਹਰਿਆਣੇ ਤੋਂ ਜਾਣ ਵਾਲੇ ਕਿਸਾਨਾਂ ਨੂੰ ਹਰ ਹੀਲੇ ਰੋਕਿਆ ਜਾਵੇ। ਅਤੇ ਇਸ ਕਰਕੇ ਹਰਿਆਣਾ ਸਰਕਾਰ ਨੇ 200 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਪੈਰਾਮਿਲਟਰੀ ਫੋਰਸ ਦੀਆਂ ਕੰਪਨੀਆਂ ਬੁਲਾ ਲਈਆਂ ਨੇ। ਉੱਧਰ ਆਲ ਇੰਡੀਆ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਵੀ ਟਵੀਟ ਕਰਕੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਹਾਂ ਦੇ ਨਾਲ ਹਾਂ ਮਿਲਾਈ ਹੈ। ਪਰ ਜੋ ਹਰਿਆਣਾ ਸਰਕਾਰ ਵਿਉਂਤਬੰਦੀ ਘੱਟ ਚੁੱਕੀ ਆ, ਸੈਂਟਰ ਸਰਕਾਰ ਕੋਲ 200 ਤੋਂ ਜ਼ਿਆਦਾ ਪੈਰਾਮਿਲਟਰੀ ਫੋਰਸ ਦੀਆਂ ਕੰਪਨੀਆਂ ਬੁਲਾਈਆਂ, ਕੀ ਇਸ ਵਾਰ ਜਿਹੜਾ ਦੇਸ਼ ਭਰ ਦਾ ਕਿਸਾਨ ਦਿੱਲੀ ਪਹੁੰਚੇਗਾ? ਕਿਉਂਕਿ ਸੈਂਟਰ ਸਰਕਾਰ ਅਤੇ ਬੀਜੇਪੀ ਸਰਕਾਰਾਂ ਦੀ ਇਸ ਸਮੇਂ ਵੱਡੀ ਕੋਸ਼ਿਸ਼ ਇਹ ਹੋਏਗੀ ਕਿ ਸਿਰ 'ਤੇ ਲੋਕ ਸਭਾ ਚੋਣਾਂ ਨੇ ਅਤੇ ਕਿਸਾਨਾਂ ਨੂੰ ਰੋਕਿਆ ਜਾਵੇ। ਫਿਲਹਾਲ ਇਸ ਜਾਣਕਾਰੀ ਦੇਣ ਤੁਹਾਡੇ ਤੋਂ ਲੈਂਦੇ ਆ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।